ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਰਨ ਪੰਜਾਬੀ ਵਿਦ ਰਾਜਵਿੰਦਰ ਮੈਮ ਚੈਨਲ 'ਤੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਨਾਂਵ ਦੀ ਪਰਿਭਾਸ਼ਾ, ਜਿਹੜੇ ਸ਼ਬਦ ਕਿਸੇ ਵਿਅਕਤੀ, ਜੀਵ, ਵਸਤੂ, ਸਥਾਨ ਅਤੇ ਭਾਵ ਦਾ ਬੋਧ ਕਰਵਾਉਣ, ਉਹਨਾਂ ਸ਼ਬਦਾਂ ਨੂੰ ਨਾਂਵ ਕਿਹਾ ਜਾਂਦਾ ਹੈ। ਜਿਵੇਂ ਭਗਤ ਸਿੰਘ, ਤੋਤਾ, ਮੇਜ਼ ਅਤੇ ਲਾਲ ਕਿਲਾ ਆਦਿ। ਨਾਂਵ ਦੀਆਂ ਕਿਸਮਾਂ, ਨਾਂਵ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ। ਆਮ ਨਾਂਵ, ਖਾਸ ਨਾਂਵ, ਇਕੱਠਵਾਚਕ ਨਾਂਵ, ਵਸਤੂਵਾਚਕ ਨਾਂਵ, ਭਾਵਵਾਚਕ ਨਾਂਵ। ਨੰਬਰ 1, ਆਮ ਨਾਂਵ। ਜਿਹੜੇ ਨਾਂਵ ਇੱਕੋ ਜਾਤੀ ਜਾਂ ਸ਼੍ਰੇਣੀ ਦੇ ਸਾਰੇ ਪ੍ਰਾਣੀਆਂ ਜਾਂ ਵਸਤਾਂ ਲਈ ਵਰਤੇ ਜਾਂਦੇ ਹਨ, ਉਹਨਾਂ ਨੂੰ ਆਮ ਨਾਂਵ ਕਿਹਾ ਜਾਂਦਾ ਹੈ। ਜਿਵੇਂ ਰੁੱਖ, ਤੋਤਾ, ਹਾਥੀ, ਚਿੜੀ, ਕੁੱਤਾ, ਪਹਾੜੀ ਆਦਿ। ਨੰਬਰ 2, ਖਾਸ ਨਾਂਵ। ਜਿਹੜੇ ਨਾਂਵ ਕਿਸੇ ਖਾਸ ਵਿਅਕਤੀ, ਵਸਤੂ ਜਾਂ ਸਥਾਨ ਲਈ ਵਰਤੇ ਜਾਂਦੇ ਹਨ, ਉਹਨਾਂ ਨੂੰ ਖਾਸ ਨਾਂਵ ਕਿਹਾ ਜਾਂਦਾ ਹੈ। ਜਿਵੇਂ ਤਾਜ ਮਹਿਲ, ਭਗਤ ਸਿੰਘ, ਦਿੱਲੀ, ਅੰਮ੍ਰਿਤਸਰ, ਆਗਰਾ ਆਦਿ। ਨੰਬਰ 3, ਵਸਤੂਵਾਚਕ ਨਾਂਵ। ਜਿਹੜੇ ਨਾਂਵ ਤੌਲੀਆਂ ਜਾਂ ਮਿਣੀਆਂ ਜਾ ਸਕਣ ਵਾਲੀਆਂ ਵਸਤਾਂ ਲਈ ਵਰਤੇ ਜਾਂਦੇ ਹਨ, ਉਹਨਾਂ ਨੂੰ ਵਸਤੂਵਾਚਕ ਨਾਂਵ ਕਿਹਾ ਜਾਂਦਾ ਹੈ। ਭਾਵ ਜਿਨ੍ਹਾਂ ਨੂੰ ਅਸੀਂ ਬੜੀ ਆਸਾਨੀ ਦੇ ਨਾਲ ਤੋਲ ਸਕਦੇ ਹਾਂ ਜਾਂ ਮਿਣਤੀ ਕਰ ਸਕਦੇ ਹਾਂ। ਜਿਵੇਂ ਸੋਨਾ, ਦੁੱਧ, ਖੰਡ, ਕਣਕ, ਤੇਲ ਆਦਿ। ਨੰਬਰ 4, ਇਕੱਠਵਾਚਕ ਨਾਂਵ। ਜਿਹੜੇ ਨਾਂਵ ਵਿਅਕਤੀਆਂ, ਜੀਵਾਂ ਆਦਿ ਦੇ ਇਕੱਠ ਜਾਂ ਸਮੂਹ ਨੂੰ ਪ੍ਰਗਟ ਕਰਦੇ ਹਨ, ਉਹਨਾਂ ਨੂੰ ਇਕੱਠਵਾਚਕ ਨਾਂਵ ਕਿਹਾ ਜਾਂਦਾ ਹੈ। ਜਿਵੇਂ ਜਮਾਤ, ਵਿਦਿਆਰਥੀ, ਇੱਜੜ, ਫੌਜ, ਕਾਨਫਰੰਸ ਆਦਿ। ਭਾਵਵਾਚਕ ਨਾਂਵ। ਜਿਹੜੇ ਨਾਂਵ ਨਾ ਦੇਖੀਆਂ ਜਾਣ ਵਾਲੀਆਂ ਅਤੇ ਨਾ ਛੂਹੀਆਂ ਜਾਣ ਵਾਲੀਆਂ ਚੀਜ਼ਾਂ ਲਈ ਵਰਤੇ ਜਾਂਦੇ ਹਨ, ਉਹਨਾਂ ਨੂੰ ਭਾਵਵਾਚਕ ਨਾਂਵ ਕਿਹਾ ਜਾਂਦਾ ਹੈ। ਜਿਹੜੀਆਂ ਚੀਜ਼ਾਂ ਸਿਰਫ ਅਸੀਂ ਮਹਿਸੂਸ ਕਰ ਸਕਦੇ ਹਾਂ, ਜਿਵੇਂ ਬਚਪਨ, ਬੁਢਾਪਾ, ਖੁਸ਼ੀ, ਗਮੀ, ਸਰਦੀ, ਸੁੱਖ, ਦੁੱਖ, ਇਮਾਨਦਾਰੀ ਆਦਿ। ਇਹਨਾਂ ਚੀਜ਼ਾਂ ਨੂੰ ਸਿਰਫ ਅਸੀਂ ਮਹਿਸੂਸ ਕਰ ਸਕਦੇ ਹਾਂ, ਇਹਨਾਂ ਦੀ ਕੋਈ ਸ਼ਕਲ ਨਹੀਂ ਦਿਖਦੀ। ਅੱਜ ਦੀ ਵੀਡੀਓ ਇੱਥੇ ਸਮਾਪਤ ਹੁੰਦੀ ਹੈ। ਧੰਨਵਾਦ। ਜੇਕਰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ।